ਮੁੜਾਂਗੇ ਪੰਜਾਬ ਗਾਣਾ ਗੁਲਾਬ ਜੀ ਸਿੱਧੂ ਦਾ ਰਿਕੁਐਸਟ ਆਉਣ ਲਈ ਇਹ ਬਹੁਤ ਜ਼ਿਆਦਾ ਤੁਹਾਡੀ ਫਰਮਾਇਸ਼ ਕੇ ਬਾਜਵਾ ਸਾਹਿਬ ਹੁਣਾਂ ਨਾਲ ਸੁਣੋ ਸੁਣੋ ਬਾਜਵਾ ਸਾਹਿਬ ਹੁਣਾਂ ਨਾਲ ਸੁਣੋ ਬਾਜਵਾ ਸਾਹਿਬ ਹੁਣਾਂ ਨਾਲ ਸੁਣੋ ਇਹ ਹੀ ਆਖੀ ਜਾਂਦੇ ਨੇ ਵੀ ਤੇ ਆ ਰਹੀ ਆ ਤੇ ਤੁਹਾਨੂੰ ਕਮੈਂਟ ਪੜ੍ਹ ਰਹੇ ਤੁਸੀਂ ਵੀ ਅਸੀਂ ਕਮੈਂਟ ਪੜ੍ਹੀ ਤੇ ਇਹ ਗਾਣਾ ਦਾ ਤੇ ਕੁਝ ਇੱਕ ਬੰਦਾ ਨਾ 10 ਵਾਰੀ ਕਮੈਂਟ ਕਰ ਦਿੰਦਾ ਬਈ ਮੁੜਾਂਗੇ ਪੰਜਾਬ ਵਿੱਚ ਮੁੜਾਂਗੇ ਪੰਜਾਬ ਚਲੋ ਜੀ ਆਪਾਂ ਸੁਣਦੇ ਹਾਂ ਮੁੜਾਂਗੇ ਪੰਜਾਬ ਗੁਲਾਬ ਸਿੱਧੂ ਦਾ ਗਾਣਾ ਤੇ ਕਰੀਏ ਜੀ ਪਲੇ ਚਲੋ ਜੀ ਮੁੜਾਂਗੇ ਪੰਜਾਬ ਮੁੜਾਂਗੇ ਬਾਹਰ ਗਏ ਨੇ ਕਿਤੇ ਸਿੱਧੂ ਮੂਸੇਵਾਲਾ ਰੈਸਟ ਇਨ ਪਾਵਰ ਇਹ ਇਹਨਾਂ ਦਾ ਬਹੁਤ ਸੋਹਣਾ ਲੱਗਦਾ ਹਰ ਵੀਡੀਓ ਤੋਂ ਗਾਣੇ ਤੋਂ ਪਹਿਲਾਂ ਨਾ ਗੁਲਾਬ ਸਿੱਧੂ ਦਾ ਮੁੰਡਾ ਗਿਆ ਕੈਨੇਡਾ ਉਹਨੂੰ ਮੈਂ ਕਿਹਾ ਬਗਦਾ ਜੀ ਜਾਂਦੇ ਮੈਂ ਨਹੀਂ ਕਿਹਾ ਰੋਕਦਾ ਜੇ ਤੂੰ ਜਾਣਾ ਆ ਦੇਖੋ ਹੁਣ ਮੁੰਡੇ ਸਾਰੇ ਕਿਸੇ ਕੁੜੀਆਂ ਕਿਸੇ ਬਾਹਰ ਚਲੀਏ ਬਾਹਰ ਚਲੀਏ ਮੈਂ ਤੂੰ ਚਾਰ ਵਾਰੀ ਆਇਆ ਕਹਿੰਦਾ ਕਿਦੋਂ ਮੈਂ ਕਿਹਾ ਇੱਕ ਵਾਰ ਚਾਹੇ ਤੂੰ ਮੇਰੀ ਮਦਦ ਇੱਕ ਵਾਰੀ ਆਇਆ ਤੇਰੀ ਮਾਂ ਮਰ ਦੋ ਹੋ ਗਏ ਤੀਜੀ ਵਾਰ ਆਇਆ ਰਹਿ ਕਰਾਂ ਤਿੰਨ ਹੋ ਗਿਆ ਚੌਥੀ ਵਾਰ ਜ਼ਮੀਨ ਦੇਖ ਕੇ ਜਾਏਗਾ ਮੇਰਾ ਨਾਂ ਤੇ ਖੇਲ ਬੱਦਲ ਪਾ ਕੇ ਕੁੜਤੇ ਪਜਾਮੇ ਮੁੰਡੇ ਸ਼ਹਿਰ ਜਾਣਗੇ ਫਿਰ ਬੋਲਟਾਂ ਦੀ ਕਿੱਕੀ ਉੱਤੇ ਪੈਰ ਜਾਣਗੇ ਭਾਵੇਂ ਮਸ ਟੈਂਕਾਂ ਦੇ ਦੁਆਲੇ ਫਿਰਦੇ ਮੁੜਨੇ ਨੂੰ ਵਿੱਚੋਂ ਸਾਰੇ ਕਾਲੇ ਫਿਰਦੇ ਇਸੇ ਗੱਲ ਦੀ ਹੋਪ ਪੂਰੀ ਰੱਖੀ ਦੇਖ ਲਈ ਗੱਲ ਦੀ ਹੋਪ ਪੂਰੀ ਰੱਖੀ ਦੇਖ ਲਈ ਛੇਤੀ ਡਾਲਰਾਂ ਤੇ ਕਰਕੇ ਤਰੱਕੀ ਦੇਖ ਲਈ ਅਸੀਂ ਮੁੜਾਂਗੇ ਪੰਜਾਬ ਗੱਲ ਪੱਕੀ ਦੇਖ ਲਈ ਡਾਲਰਾਂ ਤੇ ਕਰਕੇ ਤਰੱਕੀ ਦੇਖ ਲਈ ਅਸੀਂ ਮੁੜਾਂਗੇ ਪੰਜਾਬ ਗੱਲ ਪੱਕੀ ਦੇਖ ਲਈ ਤੈਨੂੰ ਕਿੱਥੇ ਇਸ ਗੱਲ ਦਾ ਅੰਦਾਜ਼ਾ ਗੋਰੀਏ ਕੱਖ ਖੂਹਾਂ ਉੱਤੇ ਆਉਣਗੇ ਨੀ ਰੇੜਿਆਂ ਦੇ ਉੱਤੇ ਫਿਰ ਮੁੱਜੇ ਚੜ ਲਵਾਂਗੇ ਬਨੇਰਿਆਂ ਦੇ ਉੱਤੇ ਉਹੀ ਡੇਕਾਂ ਵੀ ਅਸ਼ਾ ਮੈਂ ਉਹੀ ਪੱਖੀ ਦੇਖ ਲਈ ਛੇਤੀ ਡਾਲਰਾਂ ਤੇ ਕਰਕੇ ਜ਼ਿੰਦਗੀ ਨੂੰ ਮਿਹਨਤਾਂ ਦਾ ਸੇਕ ਦਿਆਂਗੇ ਫਿਰ ਇਸ ਧਰਤੀ ਨੂੰ ਮੱਥਾ ਟੇਕ ਦਿਆਂਗੇ ਸਾਹਮਣੇ ਆ ਸਾਨੂੰ ਸਿਰੇ ਦਾ ਅਹਿਸਾਨ ਆ ਸੱਚ ਦੱਸ ਦੇ ਮਾਂ ਤੂੰ ਮਾਂ ਮਿੱਟੀਆਂ ਤੇ ਮਾਣੇ ਹੋਣੀ ਜਾਂਦੀ ਵਾਰੀ ਘੁੱਟ ਸਾਡੀ ਜੱਫੀ ਦੇਖ ਲਈ ਛੇਤੀ ਡਾਲਰਾਂ ਚ ਕਰਕੇ ਤਰੱਕੀ ਦੇਖ ਲਈ ਅਸੀਂ ਮੁੜਾਂਗੇ ਪੰਜਾਬ ਗੱਲ ਪੱਕੀ ਦੇਖ ਲਈ ਡਾਲਰਾਂ ਚ ਕਰਕੇ ਤਰੱਕੀ ਦੇਖ ਲਈ ਅਸੀਂ ਮੁੜਾਂਗੇ ਪੰਜਾਬ ਗੱਲ ਪੱਕੀ ਦੇਖ ਲਈ ਸਾਰਾ ਕੁਝ ਹੋਊਗਾ ਵੇ ਸੱਚੀ ਦੇਖ ਲਈ ਛੇਤੀ ਡਾਲਰਾਂ ਚ ਕਰਕੇ ਤਰੱਕੀ ਦੇਖ ਲਈ ਅਸੀਂ ਮੁੜਾਂਗੇ ਪੰਜਾਬ ਗੱਲ ਪੱਕੀ ਦੇਖ ਲਈ ਭੋਂਡਾਂ ਵਿੱਚ ਕਰਕੇ ਤਰੱਕੀ ਦੇਖ ਲਈ ਅਸੀਂ ਮੁੜਾਂਗੇ ਪੰਜਾਬ ਗੱਲ ਪੱਕੀ ਦੇਖ ਲਈ ਜਿਹੜਾ ਨਾ ਇਹ ਲੋਕ ਗਾਹ ਤੁਰੇ ਜਾਂਦੇ ਆ ਅਤੇ ਜਾਨ ਦੀ ਸਦਕੇ ਜਾਣ ਜਾਨ ਕਮਾਉਣ ਵਾਸਤੇ ਜਾਣ 5-7 ਵਾਰੇ ਕਮਾ ਕੇ ਪੈਸਾ ਇਕੱਠਾ ਕਰਕੇ ਵਾਪਸ ਪੰਜਾਬ ਜਾ ਜਾਣ ਫਿਰ ਤਾਂ ਹੈਗੀ ਆ ਗੱਲ ਠੀਕ ਹੈ ਪਰ ਜੇ ਇਹ ਟੁੱਟ ਜਾਂਦੇ ਆ ਆਪਣੇ ਪੰਜਾਬ ਨਾਲੋਂ ਆਉਣਾ ਪਸੰਦ ਨਹੀਂ ਕਰਦੇ ਅਤੇ ਜੇ ਇਹਨਾਂ ਨੇ ਪਸੰਦ ਨਾ ਕੀਤਾ ਇਹਨਾਂ ਨੇ ਜਵਾਕਾਂ ਨੇ ਤਾਂ ਬਿਲਕੁਲ ਪਸੰਦ ਨਹੀਂ ਕਰਨਾ ਮੈਂ ਕਿਹਾ ਜਾਣ ਬੇਸ਼ੱਕ ਜਾਣ ਪੈਸਾ ਕਮਾਣ 5-7 ਸਾਲ ਲਾ ਕੇ ਕਮਾ ਕੇ ਵਾਪਸ ਆ ਜਾਣ ਅਤੇ ਜੇ ਇਹਨਾਂ ਨੇ ਉੱਥੇ ਜਾ ਕੇ ਪੱਕੇ ਹੋ ਜਾਣਾ ਅਤੇ ਪੰਜਾਬ ਆਉਣ ਨੂੰ ਇਹਨਾਂ ਨੇ ਪਸੰਦ ਨਹੀਂ ਕਰਨਾ ਅਤੇ ਜੇ ਇਹ ਪਸੰਦ ਨਾ ਕਰਨਗੇ ਤਾਂ ਇਹਨਾਂ ਦੇ ਜਵਾਕਾਂ ਨੇ ਤਾਂ ਬਿਲਕੁਲ ਹੀ ਨਹੀਂ ਕਰਨਾ ਬਿਲਕੁਲ ਫਿਰ ਅੱਛਾ ਐਵੇਂ ਹੋਇਆ ਕਿ ਬਾਜ਼ ਲੋਕ ਜਿਹੜੇ ਪੱਕੇ ਉੱਥੇ ਹੋ ਗਏ ਨੇ ਨਾ ਉਹਨਾਂ ਦੇ ਬੱਚੇ ਬਦਲ ਗਏ ਨੇ ਚੇਂਜ ਹੋ ਗਏ ਨੇ ਚੇਂਜ ਹੋ ਗਏ ਨੇ ਉਹਨਾਂ ਦੀ ਨਸਲ ਹੀ ਬਦਲ ਗਈ ਹੈ ਬਿਲਕੁਲ ਇੱਦਾਂ ਉਹ ਮਤਲਬ ਉਹਨੇ ਨਾ ਕਈ ਚੀਜ਼ਾਂ ਹੁਣ ਵੇਖੋ ਕਿ ਜਦੋਂ ਤੁਸੀਂ ਜਿੱਥੇ ਰਹਿੰਦੇ ਹੋ ਉਹ ਫਿਰ ਜ਼ਾਹਰ ਹੈ ਉੱਥੇ ਦਾ ਮਾਹੌਲ ਤੁਹਾਨੂੰ ਉਹਦੇ ਅਕੋਰਡਿੰਗਲੀ ਤੁਸੀਂ ਜਿਹੜੀ ਤੁਹਾਡੀ ਪਰਵਰਿਸ਼ ਸਾਰੀ ਹੁੰਦੀ ਹੈ ਪੰਜਾਬ ਦੀ ਮਿੱਟੀ ਪੰਜਾਬ 'ਚ ਰਹਿਣਾ ਪੰਜਾਬ ਦੀ ਪੰਜਾਬੀਆਂ ਦੇ ਹਿਸਾਬ ਨਾਲ ਇੱਕ ਤਰੱਕੀ ਜ਼ਰੂਰ ਕਰਨੀ ਚਾਹੀਦੀ ਹੈ ਲੇਕਿਨ ਆਪਣਾ ਜਿਹੜਾ ਓਰੀਜਨ ਹੈ ਨਾ ਉੱਥੇ ਰਹਿ ਕੇ ਕਰੋ ਅਗਰ ਤੁਸੀਂ ਬਾਹਰ ਜਾਂਦੇ ਹੋ ਉਹਨਾਂ ਦੀ ਗੱਲ ਠੀਕ ਹੈ ਪੈਸੇ ਕਮਾ ਕੇ ਵਾਪਸ ਆਓ ਅਤੇ ਆ ਕੇ ਇੱਥੇ ਆਪਣੇ ਮਹੱਲ ਬਣਾਓ ਜੋ ਮਰਜ਼ੀ ਹਾਂ ਔਰ ਮਜ਼ਾ ਵੀ ਤਾਂ ਹੀ ਹੈ ਕਿ ਜਿੱਥੋਂ ਤੁਸੀਂ ਗਏ ਹੋ ਕਮਾਇਆ ਅਤੇ ਉੱਥੇ ਕਮਾ ਕੇ ਉੱਥੇ ਲਾਈ ਜਾਂਦੇ ਹੋ ਕਿਸੇ 'ਤੇ ਉਹ ਮਤਲਬ ਵਾਪਸ ਆਓ ਆਪਣੀ ਧਰਤੀ 'ਤੇ ਉੱਥੇ ਆ ਕੇ ਬਹੁਤਾ ਸਕੂਨ ਹੈ ਮਜ਼ਾ ਸਕੂਨ ਦੇ ਵਿੱਚ ਉੱਥੇ ਨਾਲੇ ਵੇਖੋ ਜੀ ਉੱਧਰ ਕਮਾ ਕੇ ਇੱਧਰ ਆ ਕੇ ਉਹ ਕਿੰਨੇ ਗੁਣਾ ਵੱਧ ਜਾਣਾ
80 ਗੁਣਾ ਵੱਧ ਜਾਣਾ 80 ਗੁਣਾ ਵੱਧ ਜਾਣਾ 80 ਦਾ ਲਾ ਲਓ ਤੁਸੀਂ ਜੇ ਡਾਲਰ ਹੈ ਤੇ ਇੰਡੀਆ ਦੇ ਵਿੱਚ 80 ਗੁਣਾ ਵੱਧ ਗਿਆ ਨਾ 80 ਗੁਣਾ ਵੱਧ ਗਿਆ ਨਾਲ ਆਪਣੇ ਵੱਡਿਆਂ ਦੇ ਉੱਥੇ ਨਾਲ ਜੁੜਿਆ ਹੈ ਸਭ ਕੁਝ ਉਹਨਾਂ ਦੀਆਂ ਕਬਰਾਂ ਉੱਥੇ ਨੇ ਉੱਥੇ ਜੀਏ ਮਰੇ ਨੇ ਉੱਥੇ ਆਪਣੀਆਂ ਜ਼ਿੰਦਗੀਆਂ ਗੁਜ਼ਾਰੀਆਂ ਨੇ ਫਿਰ ਉੱਥੇ ਨਾਲ ਜ਼ਿਆਦਾ ਨਾਲ ਮਿੱਟੀ ਨਾਲ ਉਹ ਪਿਆਰ ਇਹ ਵੀ ਗੱਲ ਹੈ ਕਿ ਜਿੱਥੇ ਵੀ ਚਲੇ ਜਾਓ ਆਪਣਾ ਬੰਦਾ ਘਰ ਆਪਣੇ ਘਰ ਆ ਕੇ ਉਹਨੂੰ ਸਕੂਨ ਮਿਲਦਾ ਵੇਖੋ ਜਿਹੜੇ ਅੱਗੋਂ ਉਹਨਾਂ ਦੇ ਜਵਾਕ ਹੋਣੇ ਨੇ ਉਹਨਾਂ ਦਾ ਪੰਜਾਬ ਨਹੀਂ ਫਿਰ ਘਰ ਹੋਣਾ ਉਹ ਉੱਥੇ ਜੰਮ ਪਾਲੇ ਉੱਥੇ ਦੀ ਉਹਨਾਂ ਨੇ ਉਹਦੀ ਫੀਲਿੰਗ ਜਿਹੜੀ ਉਹਦੇ ਨਾਲ ਉਹ ਰਹਿਣੀ ਉਹਨਾਂ ਦੀ ਉਹ ਪੰਜਾਬ ਨਾਲ ਨਹੀਂ ਹੋਣੀ ਸਹੀ ਗੱਲ ਹੈ ਉਹਨਾਂ ਦੀ ਫੀਲਿੰਗ ਹੀ ਨਹੀਂ ਰਹਿਣੀ ਫਿਰ ਹਾਂ ਉਹਨਾਂ ਦੀ ਪੰਜਾਬ ਕਿਉਂ ਉਹਨੇ ਪੰਜਾਬ ਵੇਖਿਆ ਹੀ ਨਹੀਂ ਮਤਲਬ ਉਹ ਚੀਜ਼ ਹੀ ਨਹੀਂ ਹੈ ਤੇ ਉਹ ਉੱਥੇ ਦੀ ਅਕੋਰਡਿੰਗਲੀ ਉੱਥੇ ਦੇ ਮਾਹੌਲ ਦੇ ਵਿੱਚ ਜੰਮੇ ਭਲੇ ਨੇ ਤੇ ਉਹਨਾਂ ਨੂੰ ਉੱਥੇ ਦਾ ਵੀ ਫਿਰ ਸਾਡੇ ਇੱਥੇ ਪਿੰਡ ਦੇ ਨਾਲ ਨੇ ਸਿਆਸਤਦਾਨ ਨੇ ਵੱਡੇ ਤੇ ਉਹਨਾਂ ਕੋਲ ਅਸੀਂ ਗਏ ਗੱਪਸ਼ਪ ਲਾਈ ਕਹਿੰਦੇ ਮੇਰੇ ਬੱਚੇ ਇਸਲਾਮਾਬਾਦ ਸ਼ਿਫਟ ਹੋ ਗਏ ਨੇ ਤੇ ਉੱਥੇ ਜੰਮੇ ਪਲੇ ਨੇ ਹੁਣ ਉਹਨਾਂ ਦੀਆਂ ਦੋਸਤੀਆਂ ਵੀ ਉੱਥੇ ਨੇ ਕਹਿੰਦਾ ਮੈਂ ਹੁਣ ਇੱਥੇ ਹੀ ਜੀਣਾ ਮਰਨਾ ਵੇ ਕਹਿੰਦਾ ਇਹ ਗੱਲ ਬੜੀ ਉਹਨਾਂ ਨੇ ਕਦੀ ਇੱਥੇ ਨਹੀਂ ਆਉਣਾ ਇਹ ਬੜੀ ਦੂਰ ਦੀ ਗੱਲ ਹੈ ਬਾਜਵਾ ਸਾਹਿਬ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਨਾ ਤੁਸੀਂ ਸ਼ਹਿਰ ਸ਼ਿਫਟ ਹੋ ਗਏ ਨਾ ਤੇ ਪਹਿਲੇ 2 ਮਹੀਨੇ ਤੁਹਾਨੂੰ ਬੜਾ ਓਪਰਾ ਲੱਗੇਗਾ ਯਾਰ ਮੈਂ ਕਿੱਥੇ ਆ ਗਿਆ ਐਵੇਂ ਕਿ ਜਿੱਥੇ ਤੁਸੀਂ ਬਚਪਨ ਸਾਰਾ ਗੁਜ਼ਾਰਿਆ ਹੋਵੇ ਜਿੱਥੇ ਉੱਥੋਂ ਹੀ ਤੁਸੀਂ ਜਦੋਂ ਮੂਵ ਹੁੰਦੇ ਹੋ ਤੇ ਉਹ ਬੜਾ ਡਿਫਰੈਂਟ ਜਿਹਾ ਬੰਦੇ ਨੂੰ ਫੀਲ ਹੁੰਦਾ ਅੱਛਾ ਤੇ ਇਹਦੀ ਬੈਸਟ ਐਗਜ਼ਾਮਪਲ ਆਪ ਹੀ ਨਹੀਂ ਦੇ ਸਕਦੇ ਨੇ ਕਿ ਜਦੋਂ ਵਿਆਹ ਹੁੰਦਾ ਕਿਸੇ ਕੁੜੀ ਦਾ ਤੇ ਉਹ ਦੂਸਰੇ ਘਰ ਜਾਂਦੀ ਹੈ ਤੇ ਉਹਦੀ ਫੀਲਿੰਗ ਡਿਫਰੈਂਟ ਹੋਏਗੀ ਬਹੁਤ ਜ਼ਿਆਦਾ ਡਿਫਰੈਂਟ ਹੋਏਗੀ ਕਿ ਜਿੱਥੇ ਬਚਪਨ ਸਾਰਾ ਗੁਜ਼ਰਿਆ ਜੇ ਬਹੁਤ ਸਾਰਾ ਹੈ ਨਾ ਆਪਣੇ ਚੱਕ ਨਾਲ ਵੀ ਹੈ ਤੇ ਸ਼ਹਿਰ ਨਾਲ ਵੀ ਹੈ ਲੇਕਿਨ ਆਪਾਂ ਜਦੋਂ ਚੱਕ ਜਾਈਏ ਤੇ ਸਾਨੂੰ ਕਿੰਨੀ ਅੱਛੀ ਖੁਸ਼ੀ ਫੀਲ ਹੋ ਰਹੀ ਹੈ ਬਿਲਕੁਲ ਤੇ ਆਪਾਂ ਜਦੋਂ ਦੂਸਰੇ ਸਿਟੀ ਗਏ ਹੋਈਏ ਨਾ ਤੇ ਜਿੰਨੀ ਦੇਰ ਆਪਣੇ ਸ਼ਹਿਰ ਚ ਵਾਪਸ ਨਾ ਆ ਜਾਈਏ ਸਕੂਨ ਨਹੀਂ ਹੁੰਦਾ ਨਹੀਂ ਹੁੰਦਾ ਅਸੀਂ ਆਪਣੇ ਡਿਵੀਜ਼ਨ ਚ ਵੜ ਜਾਈਏ ਨਾ ਇੱਥੋਂ ਬਹਾਵਲਪੁਰ ਡਿਵੀਜ਼ਨ ਦੇ ਵਿੱਚ ਇੰਟਰ ਹੋ ਜਾਈਏ ਤੇ ਸਾਨੂੰ ਸਕੂਨ ਹੋਣਾ ਸ਼ੁਰੂ ਹੋ ਜਾਂਦਾ ਕਿ ਆਪਣੇ ਇਲਾਕੇ ਅੱਛਾ ਆਪਾਂ ਜਿਵੇਂ ਮੁਲਤਾਨ ਦੇ ਵਿੱਚ ਇੰਟਰ ਹੋਈਦਾ ਨਾ ਅਸੀਂ ਸਮਝਦੇ ਹਾਂ ਕਿ ਆਪਣੇ ਇਲਾਕੇ ਚ ਸ਼ਾਮਲ ਹੋ ਗਏ ਹਾਂ ਅਸੀਂ ਆਪਣੇ ਇਲਾਕੇ ਚ ਹਾਲਾਂਕਿ ਆਪਾਂ ਕਸ਼ਮੀਰ ਗਏ ਇੰਨੀਆਂ ਖੂਬਸੂਰਤ ਜਗ੍ਹਾ ਵੇਖੀਆਂ ਨੇ ਅਸੀਂ ਉੱਥੇ ਇੱਧਰ KPK ਚ ਲੇਕਿਨ ਜਿਵੇਂ ਅਸੀਂ ਬਣਿਆ ਨਾ ਮੁਲਤਾਨ ਵਸੇਬ ਹੋਟਲ ਚ ਰੋਟੀ ਖਾਧੀ ਹੈ ਤੇ ਮਜ਼ਾ ਪਤਾ ਲੱਗ ਗਿਆ ਕਿ ਅਸੀਂ ਵਾਪਸ ਹੋਣ ਜਿਹੜਾ ਨਾ ਆਪਣੇ ਫੜ ਗਏ ਹਾਂ ਚਲੋ ਜੀ ਬਾਕੀ ਕਿੱਦਾਂ ਲੱਗਿਆ ਤੁਹਾਨੂੰ ਗੀਤ ਕਮੈਂਟ ਕਰਕੇ ਦੱਸੋ ਤੇ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਰੱਖੋ ਆਪਣਾ ਖਿਆਲ।